ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬਟਾਲਾ 'ਚ ਇੱਕ ਕਲਯੁਗੀ ਪਿਤਾ ਵੱਲੋਂ ਆਪਣੀ ਹੀ ਨਾਬਾਲਿਗ ਧੀ ਨਾਲ ਵਾਰ ਵਾਰ ਮੂੰਹ ਕਾਲਾ ਕਰਨ ਤੇ ਉਸਨੂੰ 5 ਮਹੀਨਿਆਂ ਦੀ ਗਰਭਵਤੀ ਕਰਨ ਦੀ ਸ਼ਰਮਨਾਕ ਤੇ ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀ ਮੰਦਭਾਗੀ ਕਰਤੂਤ ਸਾਹਮਣੇ ਆਈ ਹੈ। ਪੀੜਿਤ ਲੜਕੀ ਦੀ ਉਮਰ 13 ਸਾਲ ਹੈ। ਪੀੜਿਤ ਨੇ ਦੱਸਿਆ ਕਿ ਉਸਦਾ ਪਿਤਾ ਉਸ ਨਾਲ ਪਿਛਲੇ ਕਈ ਮਹੀਨਿਆਂ ਤੋਂ ਜ਼ਬਰਦਸਤੀ ਕਰਦਾ ਆ ਰਿਹਾ ਹੈ। ਉਸਨੇ ਕਿਹਾ ਕਿ ਉਸਦੀ ਮਾਂ ਉਸਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਹੈ। ਜਸਤੀ ਕਰਦਾ ਦੱਸਿਆ ਸਾਰਿਆਂ ਨੂੰ ਤੇ ਨਹੀਂ ਕੋਈ ਨੀ ਮੇਰੀ ਸੁਣਦਾ ਪਤਾ ਨੀ ਕਿਹਨੇ ਦੱਸਿਆ ਮੈਨੂੰ ਨੀ ਪਤਾ। ਉਧਰ ਹੱਥਕੜੀਆਂ ਵਿੱਚ ਜਕੜੇ ਬਲਤਕਾਰੀ ਬਾਪ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸਨੇ ਗਲਤੀ ਕੀਤੀ ਹੈ। 60 ਸਾਲ ਆਪਣਾ ਕਾ ਬਾਹਰ ਕੰਮ ਕਰਦਾ ਮੈਂ ਉੱਥੋਂ ਫਾਈਨਲ ਹੋ ਕੇ ਮੈਂ ਆ ਗਿਆ ਬਾਹਰ ਉਹ ਇਤਨਾ ਕੰਮ ਕਰਦਾ ਮੈਂ ਸੈੱਲ 'ਤੇ ਭੱਜ ਗਈ ਆ ਗਲਤੀ ਹੋ ਗਈ ਮਾਫ਼ ਕਰੋ ਮੈਂ ਉਹਦੀ ਗਲਤੀ ਮੰਨਣ ਲਿਆ ਪਹਿਲਾਂ ਨਹੀਂ ਕੀਤਾ ਕਦੇ ਇੱਕ ਵਾਰੀ ਐਵੇਂ ਗਲਤੀ ਹੋ ਗਈ ਬਹੁਤ ਵੱਡੀ ਮੇਰੇ ਕੋਲ ਗਲਤੀ ਹੋ ਗਈ 15 ਸਾਲਾਂ ਦੀ ਗਲਤੀ ਹੋ ਗਈ ਮੈਂ ਮਾਫ਼ ਮੰਗਣ ਲਿਆ ਮੰਗਣ ਲਿਆ। ਪੁਲਿਸ ਵੱਲੋਂ ਜਿੱਥੇ ਆਰੋਪੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉੱਥੇ ਹੀ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਲੜਕੀ ਦਾ ਬਟਾਲਾ ਦੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਅਗੇਵੀਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਇਸ ਤਰ੍ਹਾਂ ਹੀ ਹੈ ਇਹ ਕਹਿੰਦੇ ਵੀ ਮੇਰਾ ਪਿਓ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ ਵਾ ਅਤੇ ਮੈਂ ਰੋਕਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਹ ਨਹੀਂ ਰੁਕੀ ਅੱਜ ਮੈਂ ਆਂਢ ਗੁਆਂਢ ਦੱਸਦੀ ਹਾਂ ਅਤੇ ਮੇਰੀ ਕੋਈ ਵੀ ਗਲਤੀ ਸੁਣਵਾਈ ਨਹੀਂ ਸੀ ਕਰ ਜਿਸ ਕਰਕੇ ਉਹ ਮੇਰੀ ਅਬੋਰਸ਼ਨ ਕਰਵਾਉਣਾ ਚਾਹੁੰਦਾ ਸੀ ਪਰ ਇੰਨੇ ਚਿਰ ਨੂੰ ਕਿਸੇ ਤੋਂ ਪਤਾ ਲੱਗ ਗਿਆ ਉਹਨਾਂ ਸਾਡੇ ਥਾਣਾ ਰਿਪੋਰਟ ਕਰ ਦਿੱਤੀ। ਉਮਰ ਇਹਦੀ 12-13 ਸਾਲ ਘਰਾਂ 'ਚ ਕੰਮ ਕੁੰਮ ਕਰਦੀ ਸੀ ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਡਾਕਟਰਾਂ ਨੇ ਉਹਨਾਂ ਕਿਹਾ ਹਾਂਜੀ ਹਾਂਜੀ ਡਾਕਟਰਾਂ ਨੇ ਕਿਹਾ ਵੀ ਇਹਦਾ ਆਪਣਾ ਇਹਨੂੰ ਐਡਮਿਟ ਕਰਾਓ ਐਡਮਿਟ ਤੋਂ ਬਾਅਦ ਜੋ ਵੀ ਇਹਦੀ ਸਕੈਨ ਵਗੈਰਾ ਹੁੰਦੀ ਹੈ ਅਤੇ ਉਹਦੇ ਵਿੱਚ 364 ਦਾ ਮੁਕੱਦਮਾ ਮੁਕੱਦਮਾ ਨੰਬਰ 64 ਅਤੇ 376 ਆ ਗਈ ਸੀ ਅਗਲੀ ਕਾਰਵਾਈ ਹੁਣ ਚੱਲ ਰਹੀ ਜੀ ਉਹਨੂੰ ਆ ਕੇ ਐਡਮਿਟ ਕਰ ਲਿਆ ਘਰ 'ਤੇ ਤਾਂ ਕੋਈ ਹੈ ਹੀ ਨੀਗਾ ਕੋਈ ਨਹੀਂ ਇਹਦਾ ਘਰ ਹੈਗਾ ਨਾ ਇਹਦੀ ਭੈਣ ਆ ਨਾ ਕੋਈ ਭਰਾ ਦਾ ਕੋਈ ਘਰ ਨਹੀਂ ਹੈਗਾ ਵੇਖੋ ਇਹਦਾ ਜੋ ਵੀ ਇਲਾਜ ਹੁੰਦਾ ਵਾ ਇਹਦਾ ਟ੍ਰੀਟਮੈਂਟ ਕੀ ਹੁੰਦਾ ਕਿੰਨਾ ਟਾਈਮ ਆ ਇਹਦੇ ਡਾਕਟਰ ਦੱਸਣਗੇ ਅੱਜ ਤੇ ਇਹਨੂੰ ਇੱਥੇ ਐਡਮਿਟ ਕਰਵਾ ਦੇ ਲੱਗੇ ਆ ਹਸਪੀਟਲ ਵੱਲੋਂ ਇੱਥੇ ਡਾਕਟਰ ਕਰ ਲਏ ਲੱਗੇ ਜਿੰਨਾ ਇਹਦਾ ਇਲਾਜ ਇੱਥੇ ਚੱਲੇਗਾ ਠੀਕ ਹੈ ਬਾਕੀ ਜੋ ਵੀ ਅਗਲੀ ਕਾਰਵਾਈ ਹੈ ਉਹ ਫਿਰ ਨਹੀਂ ਇਹਦੀ ਜ਼ਿੰਮੇਵਾਰੀ ਤਾਂ ਕੋਈ ਲੈਣ ਵਾਲਾ ਨਹੀਂ ਹੈਗਾ ਕਿਉਂਕਿ ਪੁਲਿਸ ਦੀ ਜਿੰਨੀ ਆਪਣੀ ਕਾਰਵਾਈ ਬਣਦੀ ਉਹ ਕਰੇਗੀ ਨਹੀਂ ਛੱਡਿਆ ਨਹੀਂ ਜਾਏਗਾ ਬਿਮਾਰੀ ਨਿਕੇਤਨ ਵਗੈਰਾ ਕੋਈ ਜਿਹੜੇ ਬਣੇ ਨੇ ਸੰਸਥਾ ਬਣੀਆਂ ਨੇ ਇਹਨਾਂ ਬੱਚਿਆਂ ਵਾਸਤੇ ਉਦਾਂ ਦੇ ਨਾਲ ਕੀਤਾ ਜਾਵੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।